ਬੰਦਾ ਦੱਸ ਵੀ ਕਿੱਥਾ ਬਸ ਠੀਕ ਆ ਹੋਰ ਸੁਣਾ ਵਧੀਆ ਯਾਰਾ ਆ ਬਈ ਆਪਣਾ ਮਾਲੀ ਤੋਂ ਠੀਕ ਆ ਆ ਪ੍ਰੀਤ ਆਪਣਾ ਤਾਏ ਦਾ ਮੁੰਡਾ ਉਹ ਛੋਟਾ ਜਿਹੜਾ ਸੀ ਹਾਂ ਸੁਣਾ ਕਿੰਦਾ ਚੱਕਰ ਮਾਰਿਆ ਫਿਰ ਚੰਡੀਗੜ੍ਹ ਭਰਾਵਾ ਕੀ ਦੱਸੀਏ ਤੈਨੂੰ ਚੱਕਰਾਂ ਦੀ ਉਹ ਖੜਾ ਹੋ ਬਾਪੂ ਕਹਿੰਦਾ ਜਾ ਕੇ ਆਓ ਚੰਡੀਗੜ੍ਹ ਜੱਸੀ ਕਿਆ ਕਰਦਾ ਹੁਣ ਬਈ ਕੁਛ ਨੀ ਡੈਡੀ ਗੇਮ ਖੇਡੀ ਜਾਂਦਾ ਯਾਰ ਸ਼ਮਸ਼ੇਰ ਕੋਲ ਜਾ ਕੇ ਆਇਆ ਤੇ ਪੈਸੇ ਪੜ ਕੇ ਲਿਆ ਆਪਣੇ ਪੇਮੈਂਟ ਕੋਈ ਨੀ ਲੈ ਆਉਂਦੇ ਹਾਂ ਦੱਸੋ ਕਦੋਂ ਜਾਣਾ ਹੁਣ ਹੀ ਚੱਲ ਜਾ ਆਲਾ ਫੜ ਗੱਡੀ ਲੈ ਜਾ ਚਾਬੀ ਕੋਈ ਨੀ ਹੁਣੀ ਚੱਲ ਜਾਂਦੇ ਆ ਕੱਲਾ ਨਾ ਜਾਈਂ ਕਿਸੇ ਨੂੰ ਗੱਲ ਲੈ ਜੀ ਹੁਣ ਕੋਈ ਗੱਲ ਨਹੀਂ ਪ੍ਰੀਤ ਨੂੰ ਲੈ ਜਾਂਦਾ ਨਾਲ ਉੱਥੇ ਆਪਣੀ ਭੂਆ ਕੋਲ ਰਹਿੰਦੀ ਜੇ ਨੇਰਾ ਹੋ ਗਿਆ ਤਾਂ ਆਈ ਨਾ ਮੁੜ ਕੇ ਲੈ ਭੂਆ ਕੋਲੇ ਕੌਣ ਰਹਿੰਦਾ ਮੇਰੇ ਯਾਰ ਆ ਉੱਥੇ ਪੱਕੇ ਮਿੱਤਰ ਨਾਲੇ ਘੁੰਮਾਂਗੇ ਨਾਲੇ ਉੱਥੇ ਉਹਨਾਂ ਕੋਲ ਰਹੂੰਗਾ ਕੋਈ ਗੱਲ ਨਹੀਂ ਚੰਗਾ ਫਿਕਰ ਨਾ ਕਰਨਾ ਚਾਹੀਦਾ ਹੁੰਦਾ ਓਕੇ ਚੰਗਾ ਹੈਲੋ ਉਹ ਪ੍ਰੀਤ ਕਿੱਥੇ ਆ ਉਹ ਭਰਾਵਾ ਮਿੰਟੋ ਮਿੰਟ ਆਪਣੇ ਘਰੋਂ ਬਾਹਰ ਆ ਤੇ ਆਪਾਂ ਜਾਣਾ ਚੰਡੀਗੜ੍ਹ ਹਾਂ ਜੱਸੀ ਕਿੱਦਾਂ ਚੰਡੀਗੜ੍ਹ ਜਾਣਾ ਚੱਲ ਠੀਕ ਹੈ ਆ ਜਾ ਕੋਈ ਨਹੀਂ ਮੈਂ ਘਰ ਦੇ ਬਾਹਰ ਹੀ ਹਾਂ ਬਾਹਰ ਨਜ਼ਾਰੇ ਲੈ ਕੇ ਆਉਣੇ ਆ ਮਿੰਟੋ ਮਿੰਟ ਆ ਜਾ ਬਸ ਹਾਂ ਹਾਂ ਮੈਂ ਆ ਗਿਆ ਬਸ 5 ਮਿੰਟਾਂ 'ਚ ਬਾਹਰ ਕੀ ਰਹਿਣਾ ਅੱਜ ਪੂਰੇ ਨਜ਼ਾਰੇ ਲੈਣੇ ਆ ਚੱਲ ਠੀਕ ਆ ਫਿਰ ਆ ਜਾ ਓਕੇ ਉਹ ਇੰਨੀ ਕਿਹੜੀ ਐਮਰਜੈਂਸੀ ਪੈ ਗਈ ਸੀ ਉਹ ਬਸ ਯਾਰ ਬਾਪੂ ਜੀ ਨੇ ਕੰਮ ਕਿਹਾ ਸੀ ਇੱਕ ਪੈਸੇ ਪੂਸੇ ਲਿਆਉਣੇ ਸੀਗੇ ਕਿਸੇ ਦੇ ਘਰੋਂ ਫੜ ਕੇ ਅੱਛਾ ਤੇ ਮੈਂ ਕਿਹਾ ਚੱਲ ਨਾਲੇ ਹੁਣ ਮੌਕਾ ਮਿਲਿਆ ਆਪਣੇ ਯਾਰਾਂ ਨੂੰ ਮਿਲਣ ਦਾ ਤੇ ਨਾਲੇ ਘੁੰਮਣ ਫਿਰਨ ਦਾ ਯਾਰ ਫਿਰ ਤੇਰੇ ਯਾਰ ਤਾਂ ਪੂਰੇ ਘੈਂਟ ਬੰਦੇ ਹੋਣੇ ਆ ਮੈਂ ਕਿਹਾ ਯਾਰ ਪੂਰੇ ਅੱਤ ਬੰਦੇ ਆ ਵੀਰੇ ਫਿਰ ਪੂਰੀ ਸੇਵਾ ਕਰਨਗੇ ਲੈ ਤੇਰੇ ਬਾਈ ਨੇ ਯਾਰੀਆਂ ਹੀ ਕਮਾਈਆਂ ਯਾਰ ਪੂਰੀ ਜ਼ਿੰਦਗੀ 'ਚ ਹੋਰ ਕੁਛ ਨਹੀਂ ਖਟਿਆ ਠੀਕ ਹੈ ਨਾ ਠੀਕ ਆ ਤੇ ਪੂਰੇ ਅੱਤ ਬੰਦੇ ਆ ਸੇਵਾ ਤੇ ਪੂਰੀ ਦੇਖੀ ਕਿੱਦਾਂ ਕਰਦੇ ਆ ਬਿਠਾ ਬਿਠਾ ਕੇ ਕਰਨਗੇ ਸੇਵਾ ਅੱਛਾ ਫਿਰ ਮੈਂ ਹੱਥ ਬਣਾ ਮੇਰਾ ਵੀ ਬਾ ਤੂੰ ਅਸੀਂ ਖਾਣਾ ਪੀਣਾ ਨੀ ਕੋਈ ਵੀ ਅਸੀਂ ਸਿੱਧਾ ਉਹਨਾਂ ਦੇ ਘਰੇ ਜਾ ਕੇ ਖਾਵਾਂਗੇ ਹੁਣ ਬਾਅਦ ਜ਼ਰੂਰੀ ਪੈ ਗਿਆ ਠੀਕ ਆ ਹੋਰ ਠੀਕ ਆ ਹੋਰ ਉਹੀ ਤੇਲ ਤੁਲ ਪਾਉਂਦੇ ਗੱਡੀ 'ਚ ਘੁੰਮਾ ਫਿਰਾਂਗੇ ਰੋਟੀ ਰੋਟੀ ਉੱਥੇ ਹੀ ਖਾਵਾਂਗੇ ਉਹਨਾਂ ਦੇ ਘਰੇ ਜਾ ਚੱਲ ਠੀਕ ਹੈ ਭੁੱਖ ਲੱਗੀ ਹੋਈ ਚਾਰ ਚਾਰ ਰੋਟੀਆਂ ਸਬਜ਼ੀ ਵਧੀਆ ਬਣੀ ਹੋਈ ਪਰੌਣੇ ਆਏ ਆਡੀ ਦੂਰੋਂ ਉਹ ਅੱਜ ਯਾਰ ਵੇਲੇ ਇਕੱਠੇ ਹੋਏ ਇਹਨੇ ਦਿਨਾਂ ਬਾਅਦ ਓ ਸ਼ਰਮੇ ਮੇਰੀ ਗੱਲ ਸੁਣ ਤੇਰੇ ਸ਼ਹਿਰ ਚ ਆਏ ਆ ਮਾਮਾ ਚੰਡੀਗੜ੍ਹ ਦੇ ਕਿੰਨਾ ਸੋਹਣਾ ਮੇਰੀ ਗੱਲ ਸੁਣ ਮਾਮਾ ਕੋਈ ਖਵਾ ਪਿਆ ਵੀ ਦੇ ਹੁਣ ਤੁਹਾਡੇ ਦੋਵਾਂ ਦੇ ਸ਼ਹਿਰ ਚ ਆਏ ਬਾਵੇ ਤੂੰ ਵੀ ਯਾਰ ਮੇਰੇ ਬਾਪੂ ਦੀ ਤਨਖਾਹ ਨੀ ਆਈ ਨੀ ਤਾਂ ਮੈਂ ਤੈਨੂੰ ਖਵਾ ਦੇਣਾ ਸੀਗਾ ਸ਼ਮਸ਼ੇਰ ਵਾਲੇ ਪੈਸੇ ਨੂੰ ਹੱਥ ਲਾਉਣਾ ਹੀ ਪੈਣਾ ਫੇ ਸ਼ਮਸ਼ੇਰ ਵਾਲੇ ਪੈਸੇ ਉਹ ਕੋਈ ਨਹੀਂ ਟੈਨਸ਼ਨ ਨਹੀਂ ਲੈਣੀ ਹੈਗੇ ਆਪਣੇ ਕੋਲ ਪੈਸੇ ਬੜਾ ਨਾਂ ਸੁਣਿਆ ਗਾਣੇ ਗੁਣੇ ਹਨਾ ਤੁਹਾਨੂੰ ਗੱਲ ਦੱਸਾਂ ਅਸੀਂ ਉੱਥੇ ਕੰਮ ਬਸ ਇੱਕ ਆ ਹਾਂ ਦੱਸ ਕਮੀਜ਼ ਆ ਜੀ ਭਰਾਵਾ ਯਾਰ ਵੀਰੇ ਮੈਨੂੰ ਪੈਂਟ ਲੈ ਦੀ ਕੋਈ ਉਹ ਚਲੋ ਦਾ ਨਹੀਂ ਬਾਪੂ ਦਾ ਕੈਸ਼ ਕੋਲ ਗੱਡੀ ਕੋਲ ਪੈਟਰੋਲ ਫੁੱਲ ਲੈ ਕੇ ਨਜ਼ਾਰੇ ਲੋ ਮੇਰੇ ਰਾਜ ਤੇ ਚਲੋ ਆਜੋ ਭਰਾਵਾ ਬਹੁਤ ਵਧੀਆ ਚੰਡੀਗੜ੍ਹ ਆ ਇਦਾਂ ਹੀ ਆ ਵੀਰੇ ਦੇਖਿਆ ਲਾਂਟੇ ਮਾਲ ਦੇ ਨਜ਼ਾਰੇ ਫਿਰ ਸਿਰ ਹੀ ਆ ਯਾਰ ਚੰਡੀਗੜ੍ਹ ਸਿਰ ਹੀ ਤੇ ਉਹ ਭਰਾਵਾ ਹੁਣ ਨੀਂਦੂ ਦਾ ਆਈ ਆ ਚੱਲੀਏ ਘਰ ਨੂੰ ਹਾਂ ਹਾਂ ਚੱਲਦੇ ਆ ਯਾਰ ਚਲੋ ਠੀਕ ਆ ਫਿਰ ਰੋਟੀ ਪਾਣੀ ਖਾਣੀ ਲਾਂਟੇ ਸਿਰ ਨਾ ਬਹੁਤ ਘੈਂਟ ਬਦਲ ਕੇ ਤੈਨੂੰ ਬਹੁਤ ਸਿਰ ਲੈ ਵੀ ਸ਼ਰਮਿਆ ਹੁਣ ਤਾਂ ਤੇਰਾ ਘਰ ਆ ਗਿਆ ਬਾਕੀ ਮੈਂ ਦੱਸਦਾ ਬਾਈ ਸੌਣ ਤੇ ਤੁਸੀਂ ਚੱਲ ਜਾਣਾ ਫਿਰ ਮਿਲਦੇ ਬਾਕੀ ਚੱਲ ਠੀਕ ਹੈ ਜੱਸੀ ਮੇਰਾ ਭਰਾ ਪਿੰਡ ਤੇ ਆਉਣਾ ਚਾਹੀਦਾ ਮੈਨੂੰ ਫੋਨ ਕਰਦੀ ਓਕੇ ਮੇਰਾ ਭਰਾ ਬਾਈ ਚੱਲ ਠੀਕ ਹੈ ਸ਼ਰਮੇ ਧਿਆਨ ਰੱਖੀ ਆਪਣਾ ਯਾਰ ਮਿਲਦੇ ਰਹਾਂਗੇ ਹੁਣ ਕਿੱਥੇ ਚਲੀਏ ਫੇਰ ਤੇਰੇ ਘਰੇ ਚਲੀਏ ਉਹ ਭਰਾਵਾ ਮੇਰੇ ਘਰੇ ਕਿੱਦਾਂ ਜਾਣਾ ਮੈਂ ਤਾਂ ਦੁਪਹਿਰ ਦਾ ਘਰਦਿਆਂ ਨੂੰ ਮੈਸੇਜ ਕਰਤਾ ਉਹ ਤਾਂ ਭਰਾਵਾ 8 ਵਜੇ ਤੋਂ ਬਾਅਦ ਮੇਰੀ ਐਂਟਰੀ ਨਹੀਂ ਹੋਣ ਦਿੰਦੇ ਮੈਂ ਤਾਂ ਤੁਹਾਡੇ ਕਰਕੇ ਕਿਹਾ ਕਿ ਅੱਜ ਮੈਂ ਘਰੇ ਨਹੀਂ ਆਉਣਾ ਯਾਰ ਮੈਂ ਤਾਂ ਤੁਹਾਡੇ ਸਹਾਰੇ ਹੀਗਾ ਕਿ ਹੁਣ ਤੁਸੀਂ ਦੱਸੋ ਕੀ ਕਰਨਾ ਯਾਰ ਮੈਂ ਸੋਚਿਆ ਸੀ ਯਾਰ ਤੇਤੋ ਤੇ ਸ਼ਰਮੇ ਤੋਂ ਰਵਾਂਗੇ ਯਾਰ ਤੈਨੂੰ ਪਤਾ ਹੀ ਆ ਮੇਰੇ ਘਰ ਦੇ ਕਿੱਥੇ ਰਹਿਣ ਦਿੰਦੇ ਯਾਰ ਕਿਸੇ ਨੂੰ ਚੱਲ ਮੈਂ ਕਰਦਾ ਆਪਣੇ ਯਾਰ ਗੋਪੀ ਨੂੰ ਫੋਨ ਮੇਰੇ ਪਿੰਡ ਦਾ ਮੁੰਡਾ ਰਹਿੰਦਾ ਫਿਰ ਉਹਦੇ ਕੋਲ ਚੱਲਦੇ ਆ ਇੱਥੇ ਦੇਖ ਲੈ ਯਾਰ ਉਹਨੂੰ ਫੋਨ ਕਰ ਲੈ ਯਾਰ ਯਾਰ ਮੇਰਾ ਵੀ ਛੇਤੀ ਹੈਲੋ ਹਾਂ ਗੋਪੀ ਕਿੱਦਾਂ ਹੈਲੋ ਹਾਂ ਜੱਸੀ ਇੰਨੀ ਰਾਤ ਨੂੰ ਫੋਨ ਕੀਤਾ ਕੀ ਗੱਲ ਹੈ
ਉਹ ਭਰਾਵਾ ਮੈਂ ਤੇਰੇ ਸ਼ਹਿਰ ਚ ਆਇਆ ਸੀ ਚੰਡੀਗੜ੍ਹ ਯਾਰ ਇੱਕ ਪ੍ਰੋਬਲਮ ਜੀ ਪੈ ਗਈ ਸੀ ਯਾਰ ਰਾਤ ਕੱਟਣ ਨੂੰ ਹੈ ਨਹੀਂ ਸੀ ਕਿਤੇ ਤੇ ਮੈਂ ਯਾਰ ਤੇਰੇ ਘਰੇ ਰਹਿਣਾ ਸੀ ਯਾਰ ਜਗ੍ਹਾ ਦਾ ਦੇਖ ਲਾ ਰਹਿਣਾ ਤੈਨੂੰ ਜਿੱਥੇ ਮੈਂ ਸੌਂਦਾ ਸੌਣਾ ਤੈਨੂੰ ਉੱਥੇ ਪੈਣਾ ਅਤੇ ਬਾਕੀ ਪਿੰਡ ਜਾ ਕੇ ਨਾ ਦੱਸੀ ਮੇਰਾ ਵੀਰ ਕਿੱਦਾਂ ਰਹਿੰਦੇ ਆਪਾਂ ਭੁੰਜੇ ਸੌਣਾ ਪੈਣਾ ਤੈਨੂੰ ਚੱਲ ਕੋਈ ਨਾ ਤੂੰ ਪਹੁੰਚ ਪੀ ਸੀ ਐਲ ਦੀਆਂ ਲਾਈਟਾਂ 'ਤੇ ਆ ਜਾ ਹੈਂ ਹਾਂ ਚੱਲ ਠੀਕ ਆ ਸੌ ਰੱਬ ਦੀ ਬਈਓ ਦਿਲ ਟੁੱਟਦਾ ਸੌ ਰੱਬ ਦੀ ਬਈਓ ਦਿਲ ਟੁੱਟਦਾ ਹੋਰ ਸੌ ਰੱਬ